ਗੁੱਡ ਮੋਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ। ਬਹੁਤ ਠੰਡ ਹੈ, ਸਾਰੇ ਜਾਣੇ ਰਜਾਈਆਂ 'ਚ ਬੈਠ ਕੇ ਵਲੋਗ ਦੇਖ ਰਹੇ ਹੋਵੋਗੇ। ਬਹੁਤ ਠੰਡ ਹੈ, ਬਹੁਤ ਠੰਡ ਹੈ। ਤੁਹਾਡਾ ਦੇਖੋ ਅੱਜ ਕਮਾਲ ਹੋ ਗਈ, ਕਮਾਲ ਹੀ ਹੋ ਗਈ, ਕਮਾਲ ਕਮਾਲ ਕਮਾਲ। ਮੈਂ ਤਾਂ ਬੜੀ ਇਕੱਲੇ ਬਾਹਰ ਹਾਂ, ਆਉਂਦਾ ਮੈਂ ਵੀ ਚੱਲਿਆ ਯਾਰ। ਜਦੋਂ ਕਿਤੇ ਲੱਗ ਬੇਇੱਜ਼ਤੀ ਕਰਨ ਲੱਗ ਜਾਂਦਾ ਵਲੋਗ ਦੇ ਵਿੱਚ, ਓਹੋ ਮੇਰਾ ਇਰਾਦਾ ਸੀ ਮੈਂ ਕਰ ਧੁੰਦ 'ਚ ਬਾਹਰ ਜਾ ਕੇ ਦੇਖ ਕੇ ਆਉਂਦੇ ਹਾਂ ਵੀ ਕੀ ਮਾਹੌਲ ਚਾਲ ਆ। ਠੰਡ ਬਹੁਤ ਜ਼ਿਆਦਾ ਆ, ਪਰ ਫਿਰ ਵੀ ਆਪਾਂ ਚੱਲਦੇ ਹਾਂ, ਚਲ ਮਾੜਾ ਜਿਹਾ ਇੱਥੋਂ ਤੱਕ ਸੜਕ 'ਤੇ ਚੱਲਦੇ ਹਾਂ। ਟਾਈਮ ਪਤਾ ਇਸ ਟਾਈਮ ਕੀ ਹੋ ਗਿਆ, 9 ਵਜੇ ਪਏ ਆ, 9 ਵਜੇ, 9 ਵਜੇ ਇੰਨੀ ਧੁੰਦ ਆ। ਮਤਲਬ ਅੱਜ ਸੂਰਜ ਹੋਣੀ ਛੁੱਟੀ 'ਤੇ ਲੱਗਦੇ ਆ, ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ। ਕੀ ਬਣਦਾ ਜੁੜਦਾ ਇਹੋ ਜਿਹੀ ਧੁੰਦ ਦੇ ਵਿੱਚ, ਹੋ ਸਕਦਾ ਰਜਾਈਆਂ 'ਚ ਨਿਕਲ ਜਾਂਦੇ ਹਾਂ, ਪਰ ਹੋ ਸਕਦਾ ਵੀ ਆਪਾਂ ਕਿਤੇ ਜਾਈਏ ਜੀ। ਹੁਣ ਨਿਕਲੀ ਜਾ ਕੇ ਮਾੜੀ ਮੋਟੀ, ਮੈਂ ਆਪਾਂ ਨੂੰ ਤਾਂ ਚੱਜ ਨਹੀਂ ਸੀ ਨਾ ਕੋਰੀਅਨ ਸਟਾਈਲ ਕੱਪੜਿਆਂ ਦਾ। ਅਸੀਂ ਪਰਸੋਂ ਚੌਥ ਕਿਸੇ ਸ਼ੋਪ 'ਤੇ ਗਏ, ਉੱਥੇ ਆ ਕੇ ਕੁੜੀ ਆ ਕੇ ਕਹਿੰਦੀ, ਉਹਨੇ ਬਾਹਰ ਜਾਣਾ ਸੀ ਆਸਟ੍ਰੇਲੀਆ, ਕਹਿੰਦੀ ਬਾਈ ਕੋਰੀਅਨ ਸਟਾਈਲ ਕੱਪੜੇ। ਮੈਂ ਮਹਿਕ ਦੇ ਮੂੰਹ ਵੱਲ, ਮਹਿਕ ਮੇਰੇ ਮੂੰਹ ਵੱਲ, ਮੈਂ ਮਹਿਕ ਨੂੰ ਪੁੱਛਿਆ, ਮੈਂ ਕਿਹਾ ਕੋਰੀਅਨ ਸਟਾਈਲ ਕਿਹੜਾ ਹੁੰਦਾ? ਇਹ ਨਵਾਂ ਹੀ ਟ੍ਰੈਂਡ ਚੱਲ ਪਿਆ ਕੋਰੀਅਨ ਸਟਾਈਲ, ਅਸਲ ਦੇ ਵਿੱਚ ਚਾਈਨਾ ਚੂਨਾ 'ਚ ਇੰਪੋਰਟ ਹੋਣ ਲੱਗ ਗਏ ਨਾ। ਆਹ ਭੂਕਾਂ ਆਹ ਲਸਣ ਆਪਾਂ ਦੂਜੀ ਲਈਏ, ਇਹ ਭੂਕਾਂ ਆਈਆਂ, ਦੂਸਰਾ ਤੜਕੇ 'ਚ ਪਾ ਕੇ ਨਾ ਵਧੀਆ ਬਣਦੀਆਂ। ਬਸ ਬਹੁਤ ਚਲੋ ਜੀ, ਲਾਉਣੇ ਆ ਤੜਕਾ ਤੁੜਕਾ ਦੁਬਾਰੇ ਅੱਜ ਸਾਗ ਨੂੰ। ਹੁਣ ਫਿਰ ਸ਼ਾਮ ਤੱਕ ਫਿਰ ਰੱਖ ਦਿਆਂਗੇ ਸਾਗ, ਫਿਰ ਕੱਲ੍ਹ ਨੂੰ ਫਿਰ ਸਾਗ ਖਾਣਾ, ਸਾਗ 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 ਸਾਗ। ਲਓ ਵੀ ਹੁਣ ਮੈਂ ਤੜਕਾ ਲਾਇਆ, ਚਿਰੜ ਭੂੰਡੀਆਂ ਕੱਢਤੀਆਂ, ਤੂਣ ਨੂਣ ਮੈਂ ਹੋਰ ਵੀ ਤੇਜ਼ ਕਰਤਾ ਰਾਤ ਨਾਲੋਂ ਸਾਗ ਨਾਲ। ਹੁਣ ਖਾਂਦੇ ਰੋਟੀ, ਇੱਧਰ ਕਾਕਾ ਸਾਡਾ ਇੱਦਾਂ ਦਾ ਹੀ ਖਾਂਦਾ। ਆਹ ਕੁਰਸੀ ਦਾ ਬਹੁਤ ਫਾਇਦਾ ਯਾਰ, ਜਿੰਨਾ ਆਪਦੇ ਹੱਥ ਨਾਲ ਲਿਬੜ ਕੇ ਖਾਵੇ ਜੋ ਮਰਜ਼ੀ ਕਰੇ, ਸਾਨੂੰ ਕੋਈ ਟੈਨਸ਼ਨ ਨਹੀਂ। ਉਹ ਦਸਤਾਨੇ ਨਾ ਮੈਂ ਤਾਂ ਕੱਢੇ, ਮੈਂ ਕਿਹਾ ਚੱਲ ਪਾ ਦਿੰਦੇ ਹਾਂ, ਮਾੜਾ ਜਿਹਾ ਦਸਤਾਨਾ ਪਾਇਆ, ਚੀਕਾਂ ਛੱਡਤੀਆਂ, ਦੇਖ ਲਿਓ ਹੁਣ ਪਾਈਏ ਪੁੱਤ ਦਸਤਾਨੇ। ਹੈਂ ਲੈ ਪਾ ਲਾ ਹੱਥ 'ਚ, ਹੋ ਗਈ ਵੇ, ਆ ਲੈ ਹੱਥ 'ਚ ਪਾਈਏ ਦਸਤਾਨਾ। ਇੱਥੋਂ ਤੈਨੂੰ ਦੱਸਿਆ ਮੱਕੀ ਵਾਲੀਆਂ ਰੋਟੀਆਂ ਕੱਢ ਕੇ। ਚੰਗਾ ਮੈਂ ਚੱਲਾਂ, ਬਾਏ ਬਾਏ ਬਾਏ। ਬੱਤੀ ਆਪਣੀ ਹੋਈ ਪਈ ਆ। ਆਹ ਮੈਨੂੰ ਬੰਦੇ ਦਾ ਬਹਿਣ ਦਾ ਸਟਾਈਲ ਬਹੁਤ ਘੈਂਟ ਲੱਗਿਆ, ਜਿਵੇਂ ਇਹਨੂੰ ਛੋਟੇ ਹੱਥੀ ਨੂੰ ਇਹੀ ਚਲਾ ਰਿਹਾ ਹੁੰਦਾ ਹੈਨਾ, ਇੱਕ ਪਾਸੇ ਐਂ ਟੋਰ ਨਾਲ ਬੈਠਾ ਕੂਣੀ ਰੱਖ ਕੇ, ਇੱਕ ਪਾਸੇ ਹੱਥ 'ਚ ਸਟੇਅਰਿੰਗ ਫੜਿਆ। ਕਿਸੇ ਦੇ ਘਰੇ ਚੱਲੇ ਹੋਣੇ, ਵਿਆਹ ਦੀਆਂ ਤਿਆਰੀਆਂ ਹੋਣੀਆਂ, ਕੋਈ ਕੜਾਹੀ 'ਤੇ ਐਂ ਸੋਚੀ ਜਾਂਦਾ ਹੋਊਗਾ, ਲੈ ਵੀ ਮਿੱਤਰੋ ਅੱਜ ਤਾਂ, ਅੱਜ ਤਾਂ ਬਸ ਬਸ ਕੱਲ੍ਹ ਨੂੰ ਤਾਂ ਮੈਂ ਹੀ ਸੋਹਣਾ ਲੱਗਣਾ ਕੋਟ ਪੈਂਟ 'ਚ, ਪਰ ਉਹਦੇ ਨਾਲ ਵਿਆਹ ਮੁੱਕ ਜਾਂਦਾ, ਮੁੜ ਕੇ ਬਸ ਠੰਡੇ ਜੋਗੇ ਸਾਰੇ ਬਹਿ ਜਾਂਦੇ। ਤੁਹਾਡਾ ਡੇਲੀ ਗੇੜਾ ਲੱਗਣ ਲੱਗ ਗਿਆ ਬਠਿੰਡੇ ਦਾ, ਡੇਲੀ ਵਾਂਗੂ ਬਸ ਕਹਿ ਸਕਦੇ ਹਾਂ, ਕਿਉਂਕਿ ਹਫ਼ਤੇ 4 ਦਿਨ ਦਾ ਬਠਿੰਡੇ ਦਾ ਗੇੜਾ ਲੱਗਦਾ ਹੀ ਲੱਗਦਾ ਪੱਕਾ, ਅਤੇ ਮੰਡੀ ਦਾ ਹਫ਼ਤੇ 6 ਦਿਨ ਹੀ ਹੋ ਗਿਆ। ਚਲੋ ਕੋਈ ਗੱਲ ਨਹੀਂ, ਕੰਮ ਕਰਕੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਤੋਰਾ ਫਿਰਾ ਜ਼ਰੂਰੀ ਹੈ ਭਾਈ, ਆਪ ਨੂੰ ਵਿਹਲੇ ਹੁੰਦੇ ਘਰੇ ਉੱਤੇ ਵੀ ਆਪਾਂ ਵਿਹਲੇ ਨਹੀਂ ਹੁੰਦੇ, ਕੋਈ ਨਾ ਕੋਈ ਛੇੜ ਲਈ।
ਸਾਗ ਧਰ ਲਈਦਾ, ਨਹੀਂ ਜਮਾ ਨਾ ਕੰਮ ਹੋਵੇ ਤਾਂ ਸਾਗ ਧਰ ਲਈਦਾ, ਫਿਰ ਨਹੀਂ ਫਿਰ ਕੋਈ ਨਾ ਕੋਈ ਕੰਮ ਕਰ ਲਈਦਾ। ਦੀਦੀਆਂ ਜੋਤ ਨੂੰ ਉਹ ਗਲੀਆਂ ਦਿਖਾ ਰਹੇ ਹਾਂ ਜਿਹੜੀਆਂ ਹਜੇ ਤੱਕ ਇਹ ਨੂੰ ਪਤਾ ਹੀ ਨਹੀਂ ਸੀਗਾ, ਅਜੇ ਗਲੀਆਂ 'ਚ ਤਾਂ ਮੈਂ ਵੀ ਸ਼ਾਇਦ ਪਹਿਲੀ ਵਾਰੀ ਆਏ। ਅਸੀਂ ਭਰਾਵੋ ਇੱਥੇ ਫਸ ਗਏ ਸੀਗੇ, ਮੈਂ ਚੌਂਕ ਵਾਲੀਆਂ ਗਲੀਆਂ 'ਚ ਗੱਡੀ ਭੀੜੀਆਂ ਵਾਲੀਆਂ ਤੇ ਉੱਧਰ ਮਾੜੀਆਂ ਗਏ ਸੀ ਜੀ ਕੰਮ। ਮੈਂ ਕਿਹਾ ਇਦੂ ਦਾ ਤਾਂ ਗੋਨਿਆਂ ਨੂੰ 10 ਰੁਪਏ ਚੀਜ਼ ਮਹਿੰਗੀ ਲਈ ਚੰਗੀ ਆ, ਮੈਂ ਨਾ ਚੌਂਕ ਵਾਲੀਆਂ ਗਲੀਆਂ 'ਚ ਮੈਂ ਨਹੀਂ ਗੱਡੀ ਵਾੜਦਾ। ਇਦੂ ਬਾਅਦ ਜਾਮ ਬਹੁਤ ਰਹਿੰਦਾ ਵੀ ਬਠਿੰਡੇ 'ਚ ਵੀ ਐਵੇਂ ਲੱਗਦਾ, ਬਸ ਇਹਦੇ ਆਇਆ ਵੀ ਇਹਦੇ ਦੂਰ ਦੂਰ ਆ ਸਾਰਾ ਕੁਛ, ਵੀ ਸਟੇਸ਼ਨ ਉੱਧਰ ਆ ਗਿਆ, ਬੱਸ ਅੱਡਾ ਕਿਤੇ ਹੋਰ ਆ ਗਿਆ, ਕੁਛ ਹੋਰ ਕਿਤੇ ਆ, ਕੁਛ ਹੋਰ ਖਿਲ ਰਿਹਾ ਸਮਾਨ ਕਰਕੇ ਤਾਂ ਜਾਮ ਨਹੀਂ ਲੱਗਦਾ। ਚਲੋ ਹੁਣ ਆਪਾਂ ਦੁੱਧ ਦਾ ਡੱਬਾ ਵੀ ਲੈ ਲਿਆ, ਸੂਟ ਵੀ ਫੜ ਲਏ ਜਿਹੜੇ, ਅੱਜ ਪਹਿਲੇ ਦਿਨ ਚੱਲਦਾ ਵੇਖਿਆ ਮੈਂ, ਮੈਨੂੰ ਤਾਂ ਕੋਈ ਯਕੀਨ ਨਹੀਂ ਐਦਾਂ ਪੁੱਠੇ ਖੜਾਉਂਦੇ ਆ, ਤਾਂ ਸਿਰ ਥੱਲੇ ਨੂੰ ਨਹੀਂ ਜਾਂਦਾ ਖੂਨ। ਹੋਰ ਪੈਂਟ ਟਾਂ ਇਹ ਮੈਂ ਬਾਹਰਲੇ ਮੁਲਕ 'ਚ ਲਿਆ ਸੀਗਾ, ਉੱਥੇ ਦਾ ਸਿਰਾ ਹੁੰਦਾ, ਇਹ ਤਾਂ ਕੁਛ ਵੀ ਨਹੀਂ ਵੈਸੇ, ਉਹ ਸਿਰਾ ਚੀਜ਼ ਹੁੰਦੀ ਹੈ ਵੈਸੇ, ਪਰ ਉਹ ਉੱਤੇ ਵੀ ਘੁੰਮਦਾ ਹੁੰਦਾ, ਇਹ ਤਾਂ ਪੁੱਠੇ ਕਰ ਦਿੰਦੇ ਨਾ ਇੱਥੇ ਤਾਂ, ਪਰ ਆਪਣੇ ਗਲੀਸ ਗਲੂਸ ਨਹੀਂ ਕਰਦੇ ਯਾਰ, ਐਵੇਂ ਐਂ ਨਹੀਂ ਪਤਾ ਵੀ ਹੋਰ ਜੇ ਥੱਲੇ ਕੱਟਿਆ ਜਾਵੇ, ਹਾਂ ਇਹ ਵੀ ਨਹੀਂ ਪਤਾ। ਲਓ ਜੀ ਆ ਗਈਆਂ ਤੁਹਾਡੀਆਂ ਅੰਮ੍ਰਿਤਸਰੀ ਬੜੀਆਂ, ਗਰਮ ਆ ਪਤਾ, ਦੁਕਾਨ ਤੋਂ ਮਿਲਦੀਆਂ ਬਾਈ ਮੋਮੋਸ ਵਾਲੇ ਤੋਂ ਗੋਨਿਆਂ ਨੇ, ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹਨਾਂ ਨੇ ਪਤਾ ਨਹੀਂ ਕਿੱਦੇ ਲੈ ਕੇ ਦਿੱਤੀਆਂ ਨੇਗੀਆਂ, ਕਿੱਦੇ ਲੈ ਕੇ ਠੀਕ ਆ, ਚੱਬ ਕੇ ਕਿਵੇਂ ਠੰਡੀ ਕਰਕੇ ਦਿੰਦੇ ਤਕਦੀਰ ਬਹੁਤ ਖਾਂਦੀ ਕਹਿੰਦੇ ਇਹ। ਅੱਛਾ ਪੀਤੇ ਸੀਗੀ ਟੋਪੀ ਲਈ, ਚੱਲ ਹੁਣ ਵੇਹਣੇ ਆ, ਮੈਂ ਸੋਚਾਂ ਨਿਕਲਦਾ ਕਿ ਜੋਤ ਚੱਲ ਬੰਦ ਕਰ ਦੇ ਉਹ ਵੇਹਣੇ ਆ ਵੀ ਬਾਈ ਉਹ ਗੋਹਾ ਪੱਥਰ ਨਾਲ ਨਿਕਲਦੀ ਆ ਕਿ ਪੀਤੇ ਨਿਕਲਦੀ ਆ, ਜੇ ਪੀਤੇ ਨਿਕਲੇ ਗਾਲਾਂ ਕੱਢੂਗੀ ਇਹਨਾਂ ਦੇ ਪੋਲ ਕੇ ਫੋਨ ਵਾਲੇ ਕਦੇ ਲਿਖ ਕੇ ਗਏ, ਓਏ ਕੁੜੀ ਦਾ ਟੀਕਾ ਵੀ ਲੱਗਣਾ ਮੁੱਦਵਾ, ਹਾਂ ਓਏ ਪਰਸੋਂ, ਹਾਂ ਪਰਸੋਂ ਟੀਕਾ ਵੀ ਲੱਗਣਾ ਸੱਚੇ ਦੇ, ਚੱਲ ਕੋਈ ਨਹੀਂ ਇਹ ਤਾਂ ਹੈ ਹੀ ਨਹੀਂ ਮੈਨੂੰ ਲੱਗਦੀ ਅੱਜ ਘਰੇ ਇਤਨਾ ਟਾਈਮ ਲੱਗ ਰਿਹਾ ਬਾਈ, ਸਾਢੇ 4 ਸ਼ਰਤ ਲਾ ਲਾ, ਮੈਂ ਹੁਣ ਵਲੌਗ ਬੰਦ ਨਹੀਂ ਕਰਦਾ ਵੇਖ ਨਹੀਂ, ਵਲੌਗ ਚ ਹੀ ਦੱਸਾਂਗੇ ਮੇਰੇ ਮਗਰ ਕੌਣ ਖੜਾ ਆ ਟੋਪੀ ਲੈ ਕੇ ਗੁਲਾਬੀ ਰੰਗ ਦੀ, ਗੁਲਾਬੀ ਰੰਗ ਦੀ ਟੋਪੀ, ਹਾਂ ਦੇਖ ਇਹ ਪਤਾ ਕੀ ਆਉਂਦੀ
ਲਾਈਵ ਦੇ ਵਿੱਚ ਖੁਲਾਸਾ ਹੋਊਗਾ ਪੀਤੇ ਉਰੇ ਆ ਉਹ ਇੱਕ ਹੋਰ ਗੱਲ ਆ ਤੂੰ ਗੱਲ ਸੁਣ ਗੱਲ ਸੁਣ ਮੈਂ ਉਹਨੂੰ ਕਿਹਾ ਪੀਤੇ ਆ ਟੋਪੀ ਵਾਲੀ ਠੀਕ ਹੈ ਇਹ ਆਂਦੀ ਨਹੀਂ ਆ ਕਿ ਉਹ ਆ ਜਿਹੜੇ ਗੋਹਾਂ ਸਿੱਟਣ ਆਉਂਦੀਆਂ ਹੁੰਦੀਆਂ ਆਏ ਬਈ ਬੱਬੂ ਦੇ ਸਹੁਰਿਆਂ ਵਾਲਾ ਖੋਆ ਜਿਹੜਾ ਯੂਟਿਊਬ ਤੇ ਪੂਰਾ ਮਸ਼ਹੂਰ ਆ ਚਾਰ ਪੰਜ ਬਲੌਗ ਬਹੁਤ ਮਸ਼ਹੂਰ ਹੋ ਚੁੱਕੇ ਸਹੁਰੀ ਦੇ ਕੇ ਜਾਂਦਾ ਇਹ ਹੈਸ਼ਟੈਗ ਬੱਬੂ ਦੇ ਸਹੁਰਿਆਂ ਵਾਲਾ ਖੋਆ ਨਹੀਂ ਬੜਿਆਂ ਦਾ ਬਹੁਤ ਸਵਾਦ ਆ ਆਂਟੀ ਨਹੀਂ ਆਂਟੀ ਨੇ ਦੂਸਰਾ ਆਂਟੀ ਦੀ ਮਿਹਨਤ ਆ ਨਾ ਆਂਟੀ ਆਂਟੀ ਦੀ ਮਿਹਨਤ ਆ ਪੂਰੀ ਲਓ ਜੀ ਪੇਂਡੂ ਵਲੋਗਰ ਸਾਹਿਬ ਜਾ ਰਹੇ ਆ ਹੈਂ ਆ ਤਕਦੀਰ ਕਿਵੇਂ ਵੇਖੀ ਆਉਂਦੀ ਆ ਓਏ ਮੋਟਰਸਾਈਕਲ ਤੇ ਪੈਸੇ ਲਾ ਗਿਆ ਹੈਂ ਇੱਥੇ ਰੱਖ 5000 ਲਾਤਾ ਟਾਟਾ ਮਗਰ ਵੀ ਲਗਾਤਾ ਪੇਂਡੂ ਵਲੋਗਰ ਪੂਰੇ ਵੀ ਲਗਾਤਾ ਫਿਰ ਕੱਲਾ ਮਗਰ ਹੀ ਨਹੀਂ ਦੇਖ ਇੱਧਰ ਦੇਖ ਇੱਧਰ ਮਗਰ ਵੀ ਪੇਂਡੂ ਵਲੋਗਰ ਮੂਰੇ ਵੀ ਪੇਂਡੂ ਵਲੋਗਰ ਚੱਲ ਕਾਇਰਦਾ ਆ ਮਾੜੀ ਜਿਹੀ ਗੱਲ ਆ ਕਿਤੇ ਮੇਰੇ ਨਾਲ ਤਾਂ ਧੋਖਾ ਹੋ ਗਿਆ ਯਾਰ ਇਹਨਾਂ ਨੇ ਪਹਿਲਾਂ ਮੈਨੂੰ ਖੋਆ ਖਵਾਤਾ ਠੀਕ ਆ ਤੇ ਫੇਰ ਹੁਣ ਦੂਸਰਾ ਮੁੜ ਕੇ ਪੀਜ਼ਾ ਖਵਾਉਣ ਲਿਆ ਯਾਰ ਬਹੁਤ ਵੱਡਾ ਧੋਖਾ ਕਈ ਤਰ੍ਹਾਂ ਕੋਈ ਵਾਰੀ ਸਿਰ ਕਰਾਂਗੇ ਯਾਰ ਫੇਰ ਅਗਲੀ ਪਾਰਟੀ ਦੀਰ ਦੇ ਬਣਾਉਣੇ ਨਾਈਟ ਸੂਟ ਆ ਕੱਪੜੇ ਦੇ ਥੋੜੇ ਮੋਟੇ ਇੱਥੇ ਖੜ ਪੁੱਤ ਆ ਦੇਖ ਆ ਕਰਾਂਗੇ ਨਾਪ ਦੇਵਾਂਗੇ ਆਪਾਂ ਬਟਨ ਵਾਲਾ ਬਣਾਉਂਗੇ ਮੂਹਰੋਂ ਜਾਂ ਬਟਨ ਵਾਲਾ ਬਣਾ ਦੋ ਜੋ ਤਾਂ ਨੀ ਮੈਨੂੰ ਬਣਾ ਕੇ ਦਿਓ ਲਾਲ ਲਾਲ ਉਹ ਦੇਖ ਪੁੱਤ ਮੰਮਾ ਦੇ
ਕੀ ਹੋ ਗਿਆ ਕੱਪੜੇ ਦੇ ਤੱਕ ਧੋਈ ਜਾਂਦੀ ਬੰਦਾ ਤਾਂ ਪੋਚਾ ਲਓ ਜੀ ਇੱਧਰ ਵੀ ਤਿਆਰੀਆਂ ਸ਼ੁਰੂ ਆ ਮੋਟੇ ਕੱਪੜੇ ਕਿੱਥੇ ਜਾਣਾ